ਜ਼ਿਲ੍ਹਾ ਵਾਸੀਆਂ ਨੂੰ ਮੇਰੇ ਵੱਲੋਂ ਬਹੁਤ 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 ਸ਼ੁਭਕਾਮਨਾਵਾਂ ਹੈਗੀਆਂ ਨੇ ਅਤੇ ਮੇਰੇ ਵੱਲੋਂ ਇੱਕ ਉਹਨਾਂ ਨੂੰ ਮੈਸੇਜ ਹੈਗਾ ਕਿ ਮੈਨੂੰ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ, ਡੀ ਜੀ ਪੀ ਸਾਹਿਬ ਸ਼੍ਰੀ ਸੁਰੇਸ਼ ਅਰੋੜਾ ਨੇ ਇੱਕ ਮੁਹਿੰਮ ਦੇ ਤਹਿਤ ਇੱਥੇ ਭੇਜਿਆ ਹੈਗਾ ਅਤੇ ਜਿਹੜੇ ਇੱਥੇ ਆਪਣੀ ਘਟਨਾਵਾਂ ਡਰੱਗਸ ਦੀਆਂ ਜਾਂ ਹੋਰ ਦੂਜੀਆਂ ਹੋ ਰਹੀਆਂ ਨੇ ਉਹਨਾਂ ਦੇ ਵਾਸਤੇ ਆਪਾਂ ਇੱਥੇ ਕਾਰਵਾਈ ਕਰਨੀ ਹੈਗੀ ਹੈ। ਅਤੇ ਮੈਂ ਚਾਹੂੰਗਾ ਕਿ ਮੇਰੇ ਵੱਲੋਂ ਮੇਰੇ ਜਿਹੜੇ ਆਪਣੇ ਜ਼ਿਲ੍ਹਾ ਦੇ ਨਿਵਾਸੀ ਹੈਗੇ, ਇਲਾਕਾ ਨਿਵਾਸੀ ਹੈਗੇ, ਸਾਨੂੰ ਖੁੱਲ੍ਹ ਕਰਕੇ ਇਨਫੋਰਮੇਸ਼ਨ ਸ਼ੇਅਰ ਕਰਨ। ਉਹਨਾਂ ਦੀ ਇਨਫੋਰਮੇਸ਼ਨ ਜਿਹੜੀ ਹੈਗੀ ਉਹ 'ਤੇ ਐਕਸ਼ਨ ਹੋਊਗਾ ਅਤੇ ਉਹਨਾਂ ਦੀ ਇਨਫੋਰਮੇਸ਼ਨ ਦੇ ਪਿੱਛੇ ਕੌਣ ਹੈਗਾ ਇਸ ਚੀਜ਼ ਨੂੰ ਪੂਰੀ ਤਰੀਕੇ ਤੋਂ ਕੋਨਫੀਡੈਂਸ਼ੀਅਲ ਰੱਖਿਆ ਜਾਏ। ਅਤੇ ਮੈਂ ਚਾਹੂੰਗਾ ਕਿ ਦੇਖੋ ਪੁਲਿਸ ਕੰਮ ਤਾਂ ਹੀ ਕਰ ਸਕਦੀ ਹੈ ਜਦੋਂ ਪਬਲਿਕ ਉਹਨਾਂ ਦੇ ਨਾਲ ਹੋਵੇ ਅਤੇ ਪੁਲਿਸ ਅਤੇ ਪਬਲਿਕ ਦੀ ਰਿਲੇਸ਼ਨਸ਼ਿਪ ਵਧੀਆ ਹੋਵੇ। ਆਪਾਂ ਉਹਦੇ ਵਾਸਤੇ CPRC ਦੀ ਮੀਟਿੰਗਸ ਵਗੈਰਾ ਵੀ ਕਰਾਂਗੇ, ਹੋਰ ਵੀ ਦੂਜੀ ਮੀਟਿੰਗਸ ਕਰਾਂਗੇ, ਪਬਲਿਕ ਮੀਟਿੰਗਸ ਕਰਾਂਗੇ ਜਿਹਦੇ ਨਾਲ ਵੱਧ ਤੋਂ ਵੱਧ ਸਹਿਯੋਗ ਆਪਾਂ ਪਬਲਿਕ ਦਾ ਪੁਲਿਸ ਦੇ ਮਹਿਕਮੇ ਵਾਸਤੇ ਅਤੇ ਲੋਕਾਂ ਦੀ ਭਲਾਈ ਵਾਸਤੇ ਕਰ ਸਕੀਏ। ਸਰ ਇੱਕ ਟ੍ਰੈਫਿਕ, ਮੈਂ ਸਵੇਰੇ ਜਦੋਂ ਆਇਆ ਮੈਨੂੰ ਵੀ ਦੇਖਿਆ ਕਿ ਹਾਂ ਇੱਥੇ ਕੁਝ ਇੱਕ ਕੰਮ ਕਰਨ ਜੋਗੇ ਹੈਗੇ ਨੇ ਟ੍ਰੈਫਿਕ ਦੇ ਵਾਸਤੇ। ਬਾਕੀ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਕਿ ਮਤਲਬ ਵਪਾਰ ਮੰਡਲ ਵੱਲੋਂ ਜਾਂ ਦੂਜੇ, ਇਸ ਬਾਰੇ ਮੈਨੂੰ ਹਜੇ ਨੌਲੇਜ ਨਹੀਂ ਹੈਗੀ ਹੈ। ਮੈਂ ਹੁਣ ਹੌਲੀ ਹੌਲੀ ਸਾਰਿਆਂ ਦੀ ਮੀਟਿੰਗ ਕਰਨੀ ਹੈਗੀ ਹੈ, ਟ੍ਰੈਫਿਕ ਦੇ ਬੰਦਿਆਂ ਦੀ ਵੀ ਮੀਟਿੰਗ ਕਰਨੀ ਹੈ, SHOs ਦੀ ਵੀ ਕਰਨੀ ਹੈਗੀ ਹੈ। ਮੈਂ ਉਹਦੇ ਵਿੱਚ ਉਹਨਾਂ ਦੇ ਕੋਲੋਂ ਇਨਪੁੱਟਸ ਵੀ ਲਊਂਗਾ ਅਤੇ ਆਪਣੇ ਵੱਲੋਂ ਸਜੈਸ਼ਨਸ ਦੇ ਕਰਕੇ ਵੱਧ ਤੋਂ ਵੱਧ ਆਪਾਂ ਸੋਚਾਂਗੇ ਕਿ ਇਸ ਚੀਜ਼ ਤੋਂ ਆਪਾਂ ਨਿਜਾਤ ਪਾ ਸਕੀਏ।